ਮੈਨੂੰ ਅੰਦਾਜ਼ਾ 3 ਸਾਲ ਹੋ ਗਏ ਇਹ ਜਿਹੜੇ ਰਾਈਸ ਮਿਲਰ ਨੇ ਇਹਨਾਂ ਨੇ ਸਾਡਾ ਅਰਬਾਂ ਰੁਪਏ ਦਾ ਨੁਕਸਾਨ ਕਰਤਾ ਅਣਤੀਆਂ ਦਾ। 1 ਸਾਲ ਤੋਂ ਬਾਅਦ ਸਾਰਿਆਂ ਕੋਲ ਕੋਈ ਸਾਨੂੰ ਪੇਮੈਂਟ ਆ ਗਿਆ, ਸਾਡੀਆਂ ਪੇਮੈਂਟਾਂ ਰੁਕਣ ਕਰਕੇ ਜਿਹੜੀ ਜਦੋਂ ਰੁਕ ਜਾਂਦੀਆਂ ਨੇ ਸਾਨੂੰ 5-5, 4-4 ਸਾਲ ਹੋ ਗਏ, 2014 ਤੋਂ ਰੁਕਣੀਆਂ ਸ਼ੁਰੂ ਹੋਈਆਂ। ਅਸੀਂ ਕੋਈ ਚਾਹੁੰਦੇ ਨਹੀਂ ਵੀ ਇਹੋ ਜਿਹਾ ਕੋਈ ਔਛਾ ਕਦਮ ਜਿਹੜਾ ਚੱਕਿਆ ਜਾਵੇ। ਉਦੋਂ ਵੀ ਸਾਡੇ ਨਾਲ ਸੌਦੇਬਾਜ਼ੀ ਕੀਤੀ, ਸੌਦੇਬਾਜ਼ੀ ਕਰਨ ਦੇ ਬਾਵਜੂਦ ਅੱਜ ਤੱਕ ਸਾਨੂੰ ਉਹ ਭੁਗਤਾਨ ਨਹੀਂ ਹੋ ਸਕਿਆ। ਸਾਰੀਆਂ ਟੋਟਲ ਜਿੰਨੀਆਂ ਵੀ ਪਾਰਟੀਆਂ ਨੇ, ਹਰ ਇੱਕ ਆਦਮੀ, ਹਰ ਪਾਰਟੀ ਦੇ ਰਾਈਸ ਬਿਲਰ ਜਿਹੜੇ ਨੇ, ਸਾਰਿਆਂ ਕੋਲੋਂ ਅਸੀਂ ਪੇਮੈਂਟਾਂ ਲੈਣੀਆਂ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਉਹ ਆਪ ਪਾਰਟੀ ਹੋਵੇ, ਚਾਹੇ ਉਹ ਕਾਂਗਰਸ ਹੋਵੇ। ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਅਰਵਿੰਦਰ ਤਨੇਜਾ। ਅੱਜ ਅਸੀਂ ਮੌਜੂਦ ਹਾਂ ਜਲਾਲਾਬਾਦ ਦੀ ਮੰਡੀ ਦੇ ਵਿੱਚ। ਦੋਸਤੋ, ਇੱਕ ਕਹਾਵਤ ਹੁੰਦੀ ਹੈ ਕਿ ਦੂਰ ਦੇ ਢੋਲ ਜਿਹੜੇ ਆ ਉਹ ਸੁਹਾਣੇ ਹੁੰਦੇ ਆ, ਦੂਰ ਦੇ ਢੋਲਾਂ ਤੋਂ ਮਤਲਬ ਜਲਾਲਾਬਾਦ, ਜਿਸ ਨੂੰ ਕਿ ਰਾਈਸ ਇੰਡਸਟਰੀ ਦਾ ਕਿੰਗ ਮੰਨਿਆ ਜਾਂਦਾ ਹੈ ਏਸ਼ੀਆ ਦੇ ਵਿੱਚ, ਸਭ ਤੋਂ ਜ਼ਿਆਦਾ ਜਿਹੜੇ ਸ਼ੈਲਰ ਹਨ ਉਹ ਜਲਾਲਾਬਾਦ ਦੇ ਵਿੱਚ ਹਨ। ਅਤੇ ਅੱਜ ਅਸੀਂ ਇਹਨਾਂ ਦੂਰ ਦੇ ਢੋਲਾਂ ਦੀ ਜਿਹੜੀ ਸੱਚਾਈ ਹੈ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ 'ਤੇ, ਇੱਥੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਰੇ ਵੀਰ ਜਿਹੜੇ ਨੇ ਇਕੱਠੇ ਹੋਏ ਨੇ, ਧਰਨੇਬਾਜ਼ੀ ਚੱਲ ਰਹੀ ਹੈ। ਔਰ ਆੜ੍ਹਤੀਆ ਐਸੋਸੀਏਸ਼ਨ ਇਹਨਾਂ ਵੀਰਾਂ ਦੇ ਵੱਲੋਂ ਜਿਹੜਾ ਕਿ ਐਲਾਨ ਕੀਤਾ ਗਿਆ ਕਿ ਰੋਜ਼ਾਨਾ 10 ਤੋਂ 1 ਵਜੇ ਤੱਕ ਇਹ ਧਰਨਾ ਦਿੱਤਾ ਜਾਏਗਾ। ਧਰਨਾ ਕਿਸ ਸੰਬੰਧ ਵਿੱਚ ਦਿੱਤਾ ਜਾਏਗਾ, ਕੀ ਮੰਗਾਂ ਨੇ ਇਹਨਾਂ ਦੀਆਂ, ਕੀ ਉਹ ਕਾਰਨ ਨੇ, ਪੁੱਛਣ ਦੀ ਕੋਸ਼ਿਸ਼ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜੀ ਸਰ, ਕੀ ਨਾਮ ਹੈ ਜੀ ਤੁਹਾਡਾ? ਚੰਦਰ ਪ੍ਰਕਾਸ਼। ਪ੍ਰਕਾਸ਼ ਜੀ, ਚੰਦਰ ਪ੍ਰਕਾਸ਼ ਜੀ ਅਕਸਰ ਹੀ ਕਹਿੰਦੇ ਨੇ ਕਿ ਦੂਰ ਦੇ ਢੋਲ ਜਿਹੜੇ ਆ ਸੁਹਾਣੇ ਹੁੰਦੇ ਨੇ, ਉਹ ਦੂਰ ਦੇ ਢੋਲਾਂ ਤੋਂ ਮਤਲਬ ਜਲਾਲਾਬਾਦ ਦੇ ਸ਼ੈਲਰ, ਅੱਜ ਹਾਲਾਤ ਕੀ ਬਣ ਚੁੱਕੇ ਨੇ? ਤੁਸੀਂ ਇਹ ਧਰਨਾ ਪ੍ਰਦਰਸ਼ਨ ਕਿਸ ਸੰਬੰਧ ਵਿੱਚ ਕਰ ਰਹੇ ਹੋ? ਅਸੀਂ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਜੀ, ਮੈਨੂੰ ਅੰਦਾਜ਼ਾ 3 ਸਾਲ ਹੋ ਗਏ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਬਣਿਆ ਨੂੰ। ਇਹ ਜਿਹੜੇ ਰਾਈਸ ਮਿਲਰ ਨੇ ਇਹਨਾਂ ਨੇ ਸਾਡਾ ਅਰਬਾਂ ਰੁਪਏ ਦਾ ਨੁਕਸਾਨ ਕਰਤਾ ਆੜ੍ਹਤੀਆਂ ਦਾ। ਅਸੀਂ ਅੱਜ ਆ ਕੇ ਇੱਕ ਵਾਰ, ਇਸ ਤੋਂ ਪਹਿਲਾਂ ਵੀ ਪਿਛਲੇ ਸਾਲ, 1 ਸਾਲ ਹੋ ਗਿਆ, 1 ਸਾਲ ਤੋਂ ਬਾਅਦ ਸਾਰਿਆਂ ਕੋਲ ਕੋਈ ਸਾਨੂੰ ਪੇਮੈਂਟ ਆ ਗਿਆ, ਸਾਡੀਆਂ ਪੇਮੈਂਟਾਂ ਰੁਕਣ ਕਰਕੇ ਜਿਹੜਾ ਫਾਰਮਰ ਆਉਂਦਾ, ਫਾਰਮਰ ਤਾਂ ਨਾਲ ਦੀ ਨਾਲ ਸਾਡੇ ਕੋਲ 1 ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਜਾਂ ਕੁਝ ਐਡਵਾਂਸ ਲਿਆ ਹੁੰਦਾ, ਉਹ ਪੇਮੈਂਟਾਂ ਤਾਂ ਲੈ ਜਾਂਦੇ ਨੇ। ਆੜ੍ਹਤੀਆਂ ਵੀਰਾਂ ਦੀਆਂ ਪੇਮੈਂਟਾਂ ਸਾਰੀਆਂ ਜਿਹੜੀਆਂ ਨੇ ਉਹ ਰੁਕ ਜਾਂਦੀਆਂ, ਜਿਹੜੀ ਜਦੋਂ ਰੁਕ ਜਾਂਦੀਆਂ ਨੇ ਸਾਨੂੰ 5-5, 4-4 ਸਾਲ ਹੋ ਗਏ, 2014 ਤੋਂ ਰੁਕਣੀਆਂ ਸ਼ੁਰੂ ਹੋਈਆਂ। 2017 ਦੇ ਵਿੱਚ ਅਸੀਂ ਤਕਰੀਬਨ 5 ਘਰ ਤੋਂ ਤਕਰੀਬਨ ਕਲੀਅਰ ਕਰ ਚੁੱਕੇ ਹਾਂ। ਇਹ ਅੱਜ ਦਾ ਜਿਹੜਾ ਧਰਨਾ ਹੈ, ਇਹ ਅੱਜ ਦਾ ਧਰਨਾ ਹੈਗਾ ਜੋਸਨ ਫੂਡ ਦਾ। ਪੇਮੈਂਟ ਤਾਂ ਸਾਡੀ ਰਹਿ ਗਈ 1 ਕਰੋੜ 1.25 ਕਰੋੜ ਜਾਂ 1.5 ਕਰੋੜ ਤੋਂ ਥੱਲੇ ਥੱਲੇ। ਜੋਸਨ ਫੂਡ ਦੇ ਮਾਲਕ ਕੌਣ ਨੇ? ਜੇਕਰ ਹਾਕਮ ਜੋਸਨ, ਸਾਡੇ ਜਿਹੜੀ ਜਾਣਕਾਰੀ ਦੇ ਮੁਤਾਬਕ ਰਾਜਨੀਤੀ ਦੇ ਵਿੱਚ ਵੀ ਇਹ ਪਰਿਵਾਰ ਸ਼ਾਮਲ ਹੈ, ਉਸ ਚੀਜ਼ ਦਾ ਵੀ ਜਿਹੜਾ ਹੁਣ ਤੱਕ ਫਾਇਦਾ ਚੁੱਕਿਆ ਗਿਆ? ਨਹੀਂ, ਉਸ ਚੀਜ਼ ਦਾ ਫਾਇਦਾ ਤਾਂ ਸ਼ਾਇਦ ਨਾ ਚੁੱਕਿਆ ਗਿਆ ਹੋਵੇ। ਪਹਿਲਾਂ ਜਦੋਂ ਕੋਈ ਵੀ ਮੰਤਰੀ ਜਾਂ ਕੁਛ ਹੁੰਦਾ, ਉਸ ਟਾਈਮ 'ਤੇ ਤਾਂ ਜੇ ਸਰਕਾਰ ਹੋਵੇ ਤਾਂ ਉਹਨਾਂ ਦਾ ਵੈਸੇ ਹੀ ਕੰਮ ਹੋ ਜਾਂਦੇ ਨੇ, ਉਹਦਾ ਤਾਂ ਫਾਇਦਾ ਸਰਕਾਰ ਨੂੰ, ਉਹਨਾਂ ਨੂੰ ਬੈਨੀਫਿਟ ਦਿੰਦੀ ਹੈ ਕਿਸੇ ਵੀ ਪਾਰਟੀ ਸਰਕਾਰ ਹੋਵੇ। ਉਹਦੇ ਵਿੱਚ ਆ ਕੇ ਜੇ ਅਸੀਂ 1 ਪਾਰਟੀ ਦੀ ਕਹੀਏ, ਉਹ ਫਾਇਦਾ ਚੁੱਕਿਆ ਜਾਵੇ, ਕਿਉਂਕਿ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਬੰਦਿਆਂ ਕੋਲੋਂ ਅਸੀਂ ਰਾਈਸ ਮਿਲਰਾਂ ਕੋਲੋਂ ਪੇਮੈਂਟ ਲੈਣੀ ਹੈ। 1 ਹੋਵੇ ਜਿਹਦੀ ਅੱਜ ਸਰਕਾਰ ਹੋਵੇ ਤਾਂ ਅਸੀਂ ਕਹੀਏ ਵੀ ਉਹਨਾਂ ਸ਼ਾਇਦ ਇਸ ਕਰਕੇ ਫਾਇਦਾ, ਨਹੀਂ। ਸਾਰੀਆਂ ਟੋਟਲ ਜਿੰਨੀਆਂ ਵੀ ਪਾਰਟੀਆਂ ਨੇ, ਹਰ ਇੱਕ ਆਦਮੀ, ਹਰ ਪਾਰਟੀ ਦੇ ਰਾਈਸ ਮਿਲਰ ਜਿਹੜੇ ਨੇ, ਸ਼ੈਲਰ ਨੇ, ਸਾਰਿਆਂ ਕੋਲੋਂ ਅਸੀਂ ਪੇਮੈਂਟਾਂ ਲੈਣੀਆਂ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਉਹ ਆਪ ਪਾਰਟੀ ਹੋਵੇ, ਚਾਹੇ ਉਹ ਕਾਂਗਰਸ ਹੋਵੇ। ਬਿਲਕੁਲ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਅੱਜ ਇਹ ਜਿਹੜਾ ਧਰਨਾ ਹੈ, ਇਹ ਸਪੈਸ਼ਲ ਕਿਸੇ 1 ਸ਼ੈਲਰ ਦੇ ਸੰਬੰਧ 'ਚ ਲਾਇਆ ਗਿਆ, ਜਾਂ ਫਿਰ ਇਹ ਰੂਟੀਨ ਦੇ ਵਿੱਚ ਜਿੰਨੇ ਵੀ ਸ਼ੈਲਰ ਨੇ ਉਹਨਾਂ ਤੋਂ ਪੇਮੈਂਟਾਂ ਦੇ ਚੱਕਰ 'ਚ ਤੁਹਾਡੇ ਕੋਲ ਕੰਟੀਨਿਊ ਲਾਇਆ ਜਾਏਗਾ? ਨਹੀਂ ਨਹੀਂ, ਜਿਹੜਾ ਅੱਜ ਦਾ ਧਰਨਾ ਹੈ ਸਿਰਫ 1 ਸ਼ੈਲਰ ਜੋਸਨ ਫੂਡ ਰਾਈਸ ਮਿਲ ਦੇ ਸੰਬੰਧ 'ਚ ਲਾਇਆ ਗਿਆ। ਧਰਨੇ ਲੱਗਣਗੇ, ਅਸੀਂ ਬਾਕੀਆਂ ਨੂੰ, ਬਾਕੀ ਵੀ ਜਿੰਨੇ ਮਿਲਰ ਨੇ, ਉਹ 6-7 ਮਿਲਾਂ ਹੋਰ ਹਨ ਜਿਨ੍ਹਾਂ ਨੇ ਸਾਡੀ ਮੰਡੀ ਦੇ ਪੈਸੇ ਦੇਣੇ ਹਨ, ਉਹਨਾਂ ਕੋਲ ਜਾਵਾਂਗੇ ਪਹਿਲੇ, ਉਹਨਾਂ ਨੂੰ ਮਿਲਾਂਗੇ। ਜੇਕਰ ਉਹ ਸਹਿਮਤੀ ਕਰਦੇ ਹਨ, ਸਾਡੇ ਨਾਲ ਕੋਈ ਵਾਅਦਾ ਕਰਦੇ ਹਨ ਵੀ ਇਸ ਤਰੀਕੇ ਨਾਲ ਤੁਹਾਡਾ ਭੁਗਤਾਨ ਕਰ ਦਿਆਂਗੇ, ਤਾਂ ਅਸੀਂ ਕੋਈ ਚਾਹੁੰਦੇ ਨਹੀਂ ਵੀ ਇਹੋ ਜਿਹਾ ਕੋਈ ਔਛਾ ਕਦਮ ਜਿਹੜਾ ਚੱਕਿਆ ਜਾਵੇ। ਇਹ ਤਾਂ ਹਾਕਮ ਜੋਸਨ ਨੇ ਸਾਡੇ ਨਾਲ ਅੱਜ ਤੋਂ 2-2.5 ਸਾਲ ਪਹਿਲੇ ਫੈਸਲਾ ਕਰਕੇ, ਔਰ ਉਸ 'ਤੇ ਪੂਰਾ ਨਹੀਂ ਉਤਰਿਆ, ਉਦੋਂ ਵੀ ਸਾਡੇ ਨਾਲ ਸੌਦੇਬਾਜ਼ੀ ਕੀਤੀ, ਸੌਦੇਬਾਜ਼ੀ ਕਰਨ ਦੇ ਬਾਵਜੂਦ ਅੱਜ ਤੱਕ ਸਾਨੂੰ ਉਹ ਭੁਗਤਾਨ ਨਹੀਂ ਹੋ ਸਕਿਆ। ਇਸ ਕਰਕੇ ਸਾਨੂੰ ਜਿਹੜਾ ਮਜਬੂਰਨ ਅੱਜ ਉਸ ਫਰਮ ਦੇ ਖਿਲਾਫ ਸਾਨੂੰ ਧਰਨਾ ਲਾਉਣਾ ਪਿਆ।
ਗੱਲ ਕੀਤੀ ਜਾਵੇ ਪਿਛਲੇ ਦਿਨੀ ਇੱਕ ਆੜ੍ਹਤੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ, ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ 11-21 ਜਿਹੜਾ ਨਾ ਬੀਜਿਆ ਜਾਵੇ ਅਤੇ ਪਰਮਲ ਦੀ ਜਿਹੜੀ ਜ਼ਿਆਦਾ ਬਿਜਾਈ ਕੀਤੀ ਜਾਵੇ, ਕੀ ਉਹਦੇ ਪਿੱਛੇ ਵੀ ਇਹੀ ਕਾਰਨ ਸੀ ਕਿ 11-21 ਸ਼ੈਲਰ ਵਾਲੇ ਚੱਕਦੇ ਆ ਅਤੇ ਬਾਅਦ 'ਚੋਂ ਪੇਮੈਂਟ ਨਹੀਂ ਦਿੰਦੇ? ਬਿਲਕੁਲ ਇਹੀ ਕਾਰਨ ਹੈ ਜੀ, ਹੋਰ ਕੋਈ ਕਾਰਨ ਨਹੀਂ। ਨਹੀਂ ਤਾਂ ਸਾਨੂੰ ਇਹਦੇ ਉੱਪਰ ਆੜ੍ਹ ਜ਼ਿਆਦਾ ਲੱਗਦੀ ਹੈ ਕਿਉਂਕਿ ਇਹ ਮਹਿੰਗੀ ਵਿਕਦੀ ਹੈ, ਪਰ ਸਾਡਾ ਪੈਸਾ ਸਿਕਿਓਰ ਨਹੀਂ ਉੱਧਰ। ਸਾਡਾ ਪੈਸਾ ਜਿਹੜਾ ਸਰਕਾਰ ਨੂੰ ਪਰਮਲ ਵਿਕਦੀ ਹੈ ਔਰ ਸਾਡਾ ਪੈਸਾ ਜਿਹੜਾ ਸਾਨੂੰ ਸਰਕਾਰ ਕੋਲੋਂ ਆਉਂਦਾ ਉਹ ਸਿਕਿਓਰ ਹੁੰਦਾ ਹੈ। ਤਾਂ ਇਹ ਸਨ ਆੜ੍ਹਤੀ ਐਸੋਸੀਏਸ਼ਨ ਜਲਾਲਾਬਾਦ ਦੇ ਮੈਂਬਰ, ਜਿਨ੍ਹਾਂ ਦਾ ਸਿੱਧੇ ਤੌਰ 'ਤੇ ਕਹਿਣਾ ਹੈ ਕਿ ਜੋ ਉਹਨਾਂ ਦੇ ਵੱਲੋਂ ਸਮੇਂ-ਸਮੇਂ 'ਤੇ ਅਪੀਲਾਂ ਕੀਤੀਆਂ ਗਈਆਂ ਕਿ ਕਿਸਾਨ ਵੀਰ ਜਿਹੜੇ ਪਰਮਲ ਦੀ ਬਿਜਾਈ ਕਰਨ 11-21 ਨਾ ਬੀਜਣ, ਉਹਦੇ ਪਿੱਛੇ ਅਸਲ ਵਜ੍ਹਾ ਉਹ ਇਹ ਹੈ ਕਿ ਜਿਹੜੇ ਸ਼ੈਲਰ ਮਾਲਕ ਨੇ ਉਹ ਪੈਸੇ ਜਿਹੜੇ ਦੇਣ 'ਚ ਆੜ੍ਹਤੀਆਂ ਨੂੰ ਆਨਾਕਾਨੀ ਕਰਦੇ ਨੇ। ਆ ਉਸ ਚੀਜ਼ ਦਾ ਹੀ ਨਤੀਜਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਆੜ੍ਹਤੀਆਂ ਜਲਾਲਾਬਾਦ ਦੇ ਆੜ੍ਹਤੀਏ ਵੱਡੀ ਤਾਦਾਦ ਦੇ ਵਿੱਚ ਧਰਨਾ ਪ੍ਰਦਰਸ਼ਨ ਜਿਹੜਾ ਕਿ ਦੇ ਰਹੇ ਨੇ। ਹਾਲਾਂਕਿ ਇਹ ਅੱਜ ਜਿਹੜਾ ਸ਼ੁਰੂਆਤ ਕੀਤੀ ਗਈ ਹੈ ਜੋਸਨ ਫੂਡ ਦੇ ਅੰਗੇਜ਼ਡ ਜਿਹੜਾ ਇਹ ਧਰਨਾ ਦਿੱਤਾ ਗਿਆ, ਆਰੋਪ ਨੇ ਕਿ ਇਸ ਇੰਡਸਟਰੀ ਦੇ ਵੱਲੋਂ ਪਿਛਲੇ 2.5 ਸਾਲਾਂ ਤੋਂ ਫੈਸਲੇ ਕਰਕੇ, ਰਾਜ਼ੀਨਾਮੇ ਕਰਕੇ, ਪੈਸਿਆਂ ਦੇ ਵਾਅਦੇ ਕਰਕੇ ਜਿਹੜੇ ਨਹੀਂ ਦਿੱਤੇ ਗਏ, ਜਿਸ ਦੇ ਸੰਬੰਧ ਦੇ ਵਿੱਚ ਅੱਜ ਆੜ੍ਹਤੀਆਂ ਵੀਰ ਜਿਹੜੇ ਨੇ ਉਹ ਸੜਕ 'ਤੇ ਆ ਕੇ ਬੈਠਣ ਲਈ ਮਜਬੂਰ ਹੋ ਗਏ ਨੇ। ਫਿਲਹਾਲ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਨੇ ਪ੍ਰਦਰਸ਼ਨ ਜਲਾਲਾਬਾਦ ਤੋਂ ਕਿਸ ਤਰ੍ਹਾਂ ਦਾ ਰੰਗ ਦਿਖਾਉਂਦੇ ਨੇ, ਕਿ ਇਹ ਜਿਹੜੇ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਹੈ ਇਹ ਵੱਧਦਾ ਜਾਂ ਫਿਰ ਜੋ ਆੜ੍ਹਤੀਆਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਘੱਟ ਹੁੰਦੀਆਂ ਨੇ। ਕੈਮਰਾ ਪਰਸਨ ਮੌਂਟੀਚੁੱਕ ਦੇ ਨਾਲ ਅਰਵਿੰਦਰ ਤਨੇਜਾ, ਲਿਵਿੰਗ ਇੰਡੀਆ ਨਿਊਜ਼, ਜਲਾਲਾਬਾਦ। ਕੀ ਤੁਸੀਂ 12ਵੀਂ 2015, 2016 ਜਾਂ 2017 'ਚ ਪਾਸ ਕੀਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਅਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ? ਹੁਣੇ ਫੋਨ ਚੱਕੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ